ਨੂੰ ਕਹੇ ਮਹਾਰਾਜ ਸਾਰੀਆਂ ਨਾ ਕਿਸਨ ਕਿਸਨ ਰੱਖ, ਕਦੇ ਰਾਜਾ ਕਾ ਯਾਰ ਵੀ ਤੋਚੀ ਅਮਜ਼ਾੜ ਪੀਛਾ ਕਰੇ ਕਿ ਕੀ ਕਰੂੰ, ਇੱਕ ਬੱਚਾ ਰਹਿ ਜਾ ਕੜੇ ਉਸ ਕਿਸਨ ਦੋਰੇ ਚਲਿਆ ਜਾ, ਨੂੰ ਕਹਿਣ ਲੱਗੇ ਬਾਉਲੀ ਜਾ ਕੇ ਕਰੂੰਗਾ ਕੀ, ਬੰ ਮੇਰਾ ਕੀ ਕੰਮ ਕੀ ਆ, ਦਿਲ ਦਰ ਕੱਟ ਜਾਗਾ। ਨੀ ਬੋਲਿਆ ਬਾਉਲੀ ਤੈਨੂੰ ਬੇਰਾ ਕੌਣ ਆ, ਕਿਉਂ ਮਹਾਰਾ ਔਰ ਲਕਸ਼ਮੀ ਕਾ ਤਾਂ ਬਹੁਤ ਪੁਰਾਣਾ ਬੈਰ, ਆਜ ਸੇ 21 ਪੀੜੀ ਪਹਿਲੇ ਕਾ ਜਕਰ ਮੇਰੇ ਦਾਦਾ ਭਰਗੂ ਨੇ ਉਸ ਵਿਸ਼ਨੂੰ ਭਗਵਾਨ ਕੀ ਛਾਤੀ ਮਲਾਤ ਮਾਰੀ ਸੀ, ਜਬ ਉਸ ਲਕਸ਼ਮੀ ਨੂੰ ਕਹੀ ਸੀ ਵਾ ਮਹਾਰਾ ਔਰ ਭਾਵਨਾ ਮੇਲ ਨਹੀਂ, ਆ ਮੇਰਾ ਦਾਦਾ ਮਰੋੜ ਕਰ ਕਹਾ ਥਾ ਭਾਵਨਾ ਵੀ ਥਾਰੀ ਜ਼ਰੂਰਤ ਨਹੀਂ। ਆਜ 21 ਪੀੜੀ ਗੁਜ਼ਰ ਗਈ, ਕਿਸ ਭਰਗੂ ਵੰਸ ਮੁਝੇ ਸਾ ਟਾਈਮ ਆਇਆ ਉਸ ਕਾਟ ਲਿਆ, ਜਿਸ ਦਿਨ ਆਇਆ ਉਸੇ ਤੋੜ ਲਿਏ, ਹਮਨਾ ਕਿਸੀ ਕੇ ਦਰਵਾਜ਼ੇ ਪਰ ਜਾ ਕੇ ਝੋਲੀ ਨਹੀਂ ਫਲਾਈ। ਆਜ ਮੈਂ ਭਰਗੂ ਵੰਸੀ ਜੇ ਕਿਸੀ ਕੇ ਦਰਵਾਜ਼ੇ ਪਰ ਜਾ ਕੇ ਝੋਲੀ ਫਲਾਉਂ, ਮੇਰੇ ਪਰਿਵਾਰ ਕੀ ਮੇਰੇ ਖਾਨਦਾਨ ਕੀ ਨਾਕ ਕੱਟਤੀ। ਨਿਵਲੀ ਮਹਾਰਾਜ ਮੰਗਣ ਕੀ ਕੌਣ ਕਹੇ ਜੇ, ਔਰ ਇੱਕ ਬਚਲਿਆ ਜਾ ਬਿਨਾਂ ਮੰਗੇ ਸਾਰੇ ਕੰਮ ਹੋਗੇ, ਕਿ ਮਤ ਭੇਜੇ ਮਿਸਰਾਣੀ ਮਨੇ ਮੇਰੇ ਯਾਰ ਦੋਰੇ ਬੜੇ ਪੰਜੇ ਕਾਂਟੇ ਹੋ ਸਭ ਫੁੱਲ ਔਰ ਪਿਆਰ ਦੋਰੇ, ਘਰ ਕਾ ਤੋ ਮਨੇ ਬੇਰਾ, ਘਰ ਕੀ ਜੋ ਹਾਲਤ ਕੀ ਹੈ, ਅੱਜ ਅਨਬਿਨ ਬਾਲਕ ਭੁੱਖੇ ਬੈਠੇ, ਇਸ ਕਾਰਨ ਗਮਗੀਨ ਸੂ, ਤੈਰਨਾ ਵੀ ਜਾਣੂ ਸੂ ਪਰ ਬਿਨ ਪਾਣੀ ਕੇ ਮੀਨ ਸੂ, ਲੱਤੇ ਕਪੜੇ ਟੂਮ ਠੇਕਰੀ ਬਸ ਸਭ ਦਰਿਆ ਤਹੀਨ ਸੂ, ਤੂੰ ਕੈਸਾ ਉਸ ਰੁਕਮਣ ਕੇ ਵਰਤਾਰ ਦੋਰੇ, ਆਪਣੇ ਕਰਮਾਂ ਦਾ ਭੁੱਖਾ ਭਰੇ ਭੰਡਾਰ ਦੋ। ਨਿਵਲੀ ਮਹਾਰਾਜ ਤੂੰ ਤਾਂ ਫੱਦੂ ਬਣਾ ਉਸੇ, ਕਿਉਂ ਤੈਨੂੰ ਜਾਣਤਾ ਹੈ ਨਾ, ਜਦ ਤੈਨੂੰ ਜਾਣਦਾ ਉਹਦੀ ਬਿਨਾਂ ਡਾਂਕ ਮਾਰੇ। ਨਿਵਲਿਆ ਰੁਕਮਣੀ ਉਹ ਮਿਸਰਾਣੀ ਉਹ ਸਕਾ ਤੇਰੀ ਸਾਚੀ ਲਿਕੜਿਆ ਹੋਏ, ਕਿਉਂ ਕਦੇ ਸੰਦੀਪਨ ਗੁਰੂ ਕੇ ਆਸ਼ਰਮ ਬਾਲਕ ਛੇਦੇ ਜਵੀ ਆਰਾਨਾ ਥਾ, ਆਜ ਅੱਜ ਵੋ ਕੇ ਮੈਂ ਕੇ ਫਿਰ ਨਹੀਂ ਪਛਾਣੇ ਗਾ ਨਾ, ਇਹ ਮਹਾਰਾਜ ਜੀ ਸਾ ਕੇ ਅੱਜ ਸਾਰੀ ਬਿਰਜ ਝੁਕੇ ਉਸਕਾ ਉਹ ਲਿਹਾਜ਼ ਵਾਲਾ ਹੋ ਰਿਹਾ ਸੀ, ਪਲਟਣ ਫੌਜ ਰਸਾਲੇ ਉਸਕਾ ਤਾਜ ਵਾਲਾ ਹੋ ਰਿਹਾ ਸੀ, ਉਸ ਦੁਆਰਕਾ ਮਗਦੀ ਉਸਕੀ ਉਹ ਰਾਜ ਵਾਲਾ ਹੋ ਰਿਹਾ, ਮਾਨਸ ਅੱਛਾ ਲੱਗ ਗਿਆ ਸੀ ਰੁਜ਼ਗਾਰ ਦੋਰੇ, ਕਦੇ ਗਰੀਬ ਆਦਮੀ ਦੀ ਕਦਰ ਨਹੀਂ ਸਾਊ ਕਰ ਦੂ, ਕੀ ਕਰੂੰ ਜਾ ਕੇ ਹੱਥ ਪਕੜ ਕੇ ਤਾ ਦੇਗਾ ਫਿਰ ਕੜੇ ਪੜੂੰਗਾ। ਜਦ ਕਰੀ ਔਰ ਸੁਦਾਮਾ ਵਹਾਂ ਸੇ ਭੇਜ ਦਿਆ ਜਾਤਾ, ਕ੍ਰਿਸ਼ਨ ਭਗਵਾਨ ਕੀ ਡੋਢੀ ਬਜਾ ਕੇ ਦੁਆਰਪਾਲ ਤਾਂ ਨੂੰ ਕਹਿ ਦੀ ਬਸ ਸੁਦਾਮਾ ਨਾਮ ਬਤਾ ਦੀ, ਔਰ ਨੂੰ ਕਹਿ ਦੀ ਤੇਰੇ ਬਾਲਕਪਣ ਕਾ ਯਾਰ, ਔਰ ਜਾ ਕੇ ਜੋ ਦੁਆਰਪਾਲ ਨੇ ਕ੍ਰਿਸ਼ਨ ਭਗਵਾਨ ਕੋ ਬਤਾਇਆ ਕਿ ਸੁਦਾਮਾ ਨਾਮ ਸੇ ਤੇਰਾ ਯਾਰ ਬਤਾਓ ਸੇ, ਨੰਗੇ ਪੈਰ ਤੋੜ ਲੇਤੇ ਫਟੇ ਪੁਰਾਣੇ ਹਾਲਾਤ, ਫਟੇ ਪੁਰਾਣੇ ਕੱਪੜੇ, ਪੈਦਲ ਕਾ ਚਲਣਾ ਸਾਰਾ ਧੂੜ ਮਾਟਿਆ ਹੁਆ, ਭਰ ਕੇ ਕੋਲੀ ਕ੍ਰਿਸ਼ਨ ਭਗਵਾਨ ਵੀ ਤਿਰ ਲੇ ਕੇ ਬੜਿਆ, ਔਰ ਰੁਕਮਣ ਦੇਖੇ ਨਿਵਲੀ ਮਹਾਰਾਜ ਕੇਸ ਹੈ ਯੋ ਕਿ ਰੁਕਮਣੀ ਯੋ ਮੇਰਾ ਯਾਰ, ਓਏ ਹੋ ਈਸਾ ਯਾਰ ਤੇਰਾ ਰਿਸ਼ਕਾ ਕੇ ਮੇਲ, ਇਹਨਾਂ ਦਾ ਪੇਸ਼ਾ ਬਣਾ ਰੱਖਿਆ ਮੰਗਣ ਖਾਣ ਦਾ, ਕੰਮ ਕਰਨ ਦਾ ਜੀ ਕਰਦਾ ਹੀ ਨਹੀਂ, ਤੜਕਾ ਉੱਠਾ ਮਾਥੇ ਪਰ ਤੀਨ ਬਰੇ ਕਰ ਕਾਢੇ ਕਾਖ ਮੈਂ ਪਤਰਾ ਲਾਵੇ, ਆ ਕੇ ਤੈਨੂੰ ਯਾਰ ਬਤਾ ਦੇ ਤੂੰ ਇਨਕਾ ਭੋਬਾ ਵਰਦੇ, ਇਹਨਾਂ ਦਾ ਧੰਦਾ ਬਣਾ ਰੱਖਿਆ ਲੈ ਧੱਕੇ ਦੇ ਕੇ ਬਾਹਰ ਕਰ ਦੇ ਇਸੇ ਬਿਖਾਰੀ, ਅਸਲੀ ਕੱਟਰ ਵਿਰਗੋਨ ਸੀ ਦਾ ਲੋਗੋ ਇਹ ਬਤਾਤੇ, ਝਟਕਾ ਮਾਰ ਕੇ ਕੋਲੀ ਛੁਟਾ ਲਈ, ਅਰੇ ਕੌਣ ਮਜ਼ਾ ਖੜਿਆ ਹੋ ਗਿਆ, ਨਿਉ ਨੇ ਸੁਦਾਮਾ ਖੜਿਆ ਵਿੱਚ ਮੈਂ ਕ੍ਰਿਸ਼ਨ ਭਗਵਾਨ ਖੜੇ, ਨਿਉ ਨੇ ਰੁਕਮਣ ਖੜੀ, ਜਦ ਦੋ ਡੰਗ ਕ੍ਰਿਸ਼ਨ ਭਗਵਾਨ ਸੁਦਾਮਾ ਕਹਿਣ ਚੱਲੇ ਰੁਕਮਣ ਭਿੱਤਰ ਵਾਜੇ, ਜਦ ਦੋ ਡੰਗ ਰੁਕਮਣ ਕਹਿਣ ਚੱਲੇ ਸੁਦਾਮਾ ਬਾਹਰ ਵਾਜੇ, ਬਾਜ ਕੇ ਜਾ ਕੇ ਸੁਦਾਮਾ ਕੀ ਕੋਲੀ ਭਰ ਲਈ, ਕੋਲੀ ਭਰੀ ਝਟਕਾ ਮਾਰ ਕੇ ਫਿਰ ਛੁਟਾ ਕੇ ਨਿਵਲਿਆ ਕਾਲੀਏ ਆਥ ਨਾ ਲਾ ਦੀਏ, ਕਿਉਂ ਰਾਜੀ ਸਾ ਜ਼ੁਲਮ ਤੇਰੇ ਘਰਾਂ ਦੇਖਿਆ ਸਾ ਤੋ ਕਿਤੇ ਕਿਤੇ ਪਾਵੇ, ਬੋਲੇ ਰਹੀ ਸਾ ਕੇ ਚਾਲਾ ਊ ਪੰਚਾਤੀ ਬਣੇ ਔਰ ਘਰ ਮੈਂ ਬੀਰਬਾਨੀ ਸਰ ਪਰ ਖੇਲਣ ਨਾ ਗਰੀ, ਇੱਕ ਬਾਤ ਮੈਂ ਦੇਖਣਾ ਆਪ ਲੋਗੋਂ ਕੋ ਗਿਆਨ ਦੇਣਾ, ਸੂਰਜ ਕੋ ਦੀਪਕ ਦਿਖਾਣਾ, ਇਸੀ ਧਰਤੀ ਸੇ ਸਾਰੀ ਇਸ ਹਰਿਆਣੇ ਕੀ ਸੰਸਕ੍ਰਿਤੀ ਚਲੀ, ਇੱਕ ਬਾਤ ਮੈਂ ਸੁਦਾਮਾ ਕਿਆ ਕਹਿਤਾ ਕਿਆ ਦੱਸਾਂ, ਨੰਦ ਕੇ ਨੰਦਨ ਹੋਰ ਮੋਹਨ ਮੁਰਲੀ ਵਾਲੇ ਤੇਰੇ ਇਸ ਰੁਕਮਣ ਕੀ ਸੋ ਝਰ ਚੱਲ ਸੇ ਘਰਾਂ ਕਨਿਆ ਕਾਲੇ ਤੇਰੇ ਨੰਦ ਮੁਕੰਦਨ ਨੰਦ ਕੇ ਨੰਦਨ ਮੋਹਨ ਮੁਰਲੀ
के नंदन मोहन मुरली आले तेरे पर रुक्मण जी चौधरी चाल रंग नहीं है काले। अरे लेने देने के दो कान होते हैं के तन्ना मेरा कर्जा खा रखा हो मन्ना आके मांगा हो के मन अपनी खातिर झोली फलाई हो। अरे फेटन खातिर आए थे भिखारी की समूह तक हो भाई। पहले नंबर पे क्या कहता चादर साहब लेके दादा मांगे राम ने इस समाज को आईना देखा शीशा देखा इसी कहानी कड़े पावे जिस घर में मर्द हीना हो और वीरवानी सर पर खेलती हो। निवला रे सारी दुनिया तेरे को भगवान मानती। अरे भगवान तो वो हो जिसका तीन लोग बसमा होगा भगवान पर यह चीज तेरे बल में भी ना आई। क्या कहता दूसरे नंबर पे Yeah!
बड़े बुजुर्ग ने बता रहे लोगो खड़े पा धरती पाटे दादी देखना किसे भाई का बोलता प्यो तो गरीबी ने तंग कर रखा हो और छोरी के ब्याह का दिन दरियागा और पांच भाई हम पंचायत में आकर दुख रो दे रहे छोरी के ब्याह का दिन दरियागा ब्यों तो नहीं है और किसे भाई का सुथरा टाइम हो वो न्यू कह दे भाई जो टाइम दर रखा वो उस पर वाणा कर लिए वो जो टाइम दे दूंगा पांच भाई हम उठ ले और घर हम बड़े और वह बीरबानी त्योर दिखावे फिर खड़े पलट कर नहीं बाबा उन पीछा का और काम से अपना की तो और जुगाड़ देख ली खड़े पाओ उस मानस खातिर धरती पर डलो को कड़े कद कद पास है क्या लिखा है दादा ने क्या दर्शाया क्या बता ये एक धरती एक धरती लोगो जब पाटे कोई थूक के चाटे से दाऊं धरती जब पाटे यारी में जड़ काटे से श्री मंगे राम यकीन धर्म को दरला जल डाटे से मैं ब्राह्मण तू ही न बताया Yeah.